ਟੀਵੀ ਐਨਲਾਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਾ ਅਫਗਾਨਿਸਤਾਨ ਦੇ ਵਿੱਚ ਇਸ ਵਕਤ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਇਸ ਤੋਂ ਅਸੀਂ ਸਾਰੇ ਹੀ ਜਾਣੂ ਆ ਕਿ ਕਿਸ ਤਰ੍ਹਾਂ ਤਾਲਿਬਾਨੀਆਂ ਦੇ ਵੱਲੋਂ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਗਿਆ ਤੇ ਹੁਣ ਉੱਥੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਹਰ ਕੋਈ ਹੀ ਦੇਸ਼ ਛੱਡ ਕੇ ਜਾਣਾ ਚਾਹੁੰਦਾ ਹੈ ਦੱਸ ਦੇ ਕਿ ਕਾਬੁਲ ਦੇ ਏਅਰਪੋਰਟ ਤੋਂ ਵੀ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਲੋਕ ਜੋ ਨੇ ਉਹ ਦਹਿਸ਼ਤ ਦੇ ਵਿੱਚ ਨੇ ਅਤੇ ਕਾਬੁਲ ਦੇ ਏਅਰਪੋਰਟ ਦੇ ਵਿੱਚ ਇਸ ਉਡੀਕ 'ਤੇ ਬੈਠੇ ਹੋਏ ਨੇ ਕਿ ਕੋਈ ਦੇਸ਼ ਜੋ ਹੈ ਉਹਨਾਂ ਨੂੰ ਪਨਾਹ ਦੇ ਦੇਵੇਗਾ ਹਾਲਾਂਕਿ ਬੀਤੇ ਦਿਨ ਹੀ ਜਦੋਂ ਸਭ ਤੋਂ ਪਹਿਲਾਂ ਯੂ ਐੱਸ ਦੇ ਵੱਲੋਂ ਜਹਾਜ਼ ਭੇਜਿਆ ਗਿਆ ਸੀ ਤਾਂ ਉੱਥੋਂ ਵੀ ਕਈ ਤਸਵੀਰਾਂ ਜੋ ਨੇ ਡਰਾਉਣ ਵਾਲੀਆਂ ਸਾਹਮਣੇ ਆਈਆਂ ਸੀ ਕਿ ਕਿਸ ਤਰ੍ਹਾਂ ਜੋ ਲੋਕ ਸੀ ਉਹ ਜਹਾਜ਼ ਦੇ ਨਾਲ ਹੀ ਲਟਕ ਗਏ ਸੀ ਅਤੇ ਜਦੋਂ ਜਹਾਜ਼ ਨੇ ਉਡਾਨ ਭਰੀ ਤਾਂ ਲੋਕ ਜੋ ਨੇ ਉਹ ਥੱਲੇ ਡਿੱਗ ਗਏ ਸੀ ਸੋ ਬਹੁਤ ਸਾਰੀਆਂ ਡਰਾਉਣ ਵਾਲੀਆਂ ਤਸਵੀਰਾਂ ਹਰ ਰੋਜ਼ ਹੀ ਅਫਗਾਨਿਸਤਾਨ ਤੋਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਬਹੁਤ ਸਾਰੇ ਭਾਰਤੀ ਨਾਗਰਿਕ ਵੀ ਜੋ ਨੇ ਉਹ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਸੀ ਅਤੇ ਭਾਰਤ ਸਰਕਾਰ ਦੀ ਮਿਹਨਤ ਸਦਕਾ ਉਹਨਾਂ ਨੂੰ ਭਾਰਤ ਵਾਪਸ ਲਿਆਂਦਾ ਵੀ ਗਿਆ ਹੈ ਸਭ ਤੋਂ ਪਹਿਲਾਂ 150 ਦੇ ਕਰੀਬ ਯਾਤਰੀਆਂ ਨੂੰ ਜੋ ਹੈ ਭਾਰਤ ਵਾਪਸ ਲਿਆਂਦਾ ਗਿਆ ਅਤੇ ਉਸ ਤੋਂ ਬਾਅਦ ਵੀ ਕਈ ਸਿੱਖ ਅਤੇ ਹਿੰਦੂਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ ਅਤੇ ਦੱਸ ਦੇ ਕਿ ਹੁਣ ਇੱਕ ਵਾਰ ਫਿਰ ਤੋਂ 46 ਸਿੱਖਸ ਨੇ ਹਿੰਦੂਆਂ ਨੂੰ ਜੋ ਹੈ ਭਾਰਤ ਵਾਪਸ ਲਿਆਂਦਾ ਜਾ ਰਿਹਾ ਅਤੇ ਇਸ ਮੌਕੇ ਉਹਨਾਂ ਨੇ ਭਾਰਤ ਸਰਕਾਰ ਦਾ ਅਤੇ PM ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਸੋ ਇਹ ਵੀਡੀਓ ਵੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਨਾਲ ਦੀ ਨਾਲ ਕਿ ਕਿਸ ਤਰ੍ਹਾਂ ਜੋ 46 ਸਿੱਖ ਅਤੇ ਹਿੰਦੂ ਨੇ ਉਹ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਸੀ ਅਤੇ ਇਹਨਾਂ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਸਿੱਖਾਂ ਅਤੇ ਹਿੰਦੂਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਅਤੇ ਹਿੰਦੂ ਜੋ ਨੇ ਜੋ ਭਾਰਤੀ ਨਾਗਰਿਕ ਨੇ ਉਹ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਨੇ ਅਤੇ ਬਹੁਤ ਹੀ ਜਲਦ ਉਹਨਾਂ ਨੂੰ ਵੀ ਵਾਪਸ ਭਾਰਤ ਲਿਆਂਦਾ ਜਾਵੇਗਾ ਹਾਲਾਂਕਿ ਹੁਣੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੇ ਵਿੱਚ 46 ਸਿੱਖਾਂ ਸਣੇ ਹਿੰਦੂ ਦੇਖੇ ਜਾ ਸਕਦੇ ਨੇ ਅਤੇ ਉੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਨਾਲ 3 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਨੇ ਅਤੇ 3 ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਉਹ ਭਾਰਤ ਵਾਪਸ ਆ ਰਹੇ ਨੇ ਸੋ ਉਹਨਾਂ ਨੇ ਇਸ ਮੌਕੇ ਭਾਰਤ ਸਰਕਾਰ ਅਤੇ PM ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਸੋ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਦੇ ਹਾਂ ਹਾਂਜੀ ਨਮਸਤੇ ਸਰ ਇਹ ਦੇਖੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਾੜੀ ਮੇ ਬੈਠੇ ਹੈ ਸੰਗਤ ਉਤਰ ਗਈ ਹੈ ਔਰ ਬਸ ਹਮ ਪਲੇਨ ਕੀ ਤਰਫ ਜਾ ਰਹੇ ਹੈ ਧੰਨਵਾਦ ਕਰਤੇ ਹੈ ਗਵਰਨਮੈਂਟ ਆਫ ਇੰਡੀਆ ਕਾ ਨਰਿੰਦਰ ਮੋਦੀ ਕਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਾ ਔਰ ਪੁਨੀਤ ਸਿੰਘ ਜੀ ਕਾ ਔਰ ਪੀਪਲ ਆਫ ਅਫਗਾਨਿਸਤਾਨ ਕਾ ਕਿ ਹਮਕੋ ਯਹਾਂ ਸੇ ਹੈਲਪ ਕਰਕੇ ਨਿਕਾਲ ਰਹੇ ਹੈ ਔਰ ਥੈਂਕ ਯੂ ਕਰਤੇ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਮ ਬਾਹਰ ਜੋ ਇਹ ਵੀਡੀਓ ਨਹੀਂ ਬਣਾ ਸਕਤੇ ਇਸ ਲਈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਔਰ ਥੈਂਕ ਯੂ ਆਪ ਹਾਂਜੀ ਨਮਸਤੇ ਸਰ ਇਹ ਦੇਖੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਾੜੀ ਮੇ ਬੈਠੇ ਹੈ ਸੰਗਤ ਉਤਰ ਗਈ ਹੈ ਔਰ ਬਸ ਹਮ ਪਲੇਨ ਕੀ ਤਰਫ ਜਾ ਰਹੇ ਹੈ ਧੰਨਵਾਦ ਕਰਤੇ ਹੈ ਗਵਰਨਮੈਂਟ ਆਫ ਇੰਡੀਆ ਕਾ ਨਰਿੰਦਰ ਮੋਦੀ ਕਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਾ ਔਰ ਪੁਨੀਤ ਸਿੰਘ ਜੀ ਕਾ ਔਰ ਪੀਪਲ ਆਫ ਅਫਗਾਨਿਸਤਾਨ ਕਾ ਕਿ ਹਮਕੋ ਯਹਾਂ ਸੇ ਹੈਲਪ ਕਰਕੇ ਨਿਕਾਲ ਰਹੇ ਹੈ ਔਰ ਥੈਂਕ ਯੂ ਕਰਤੇ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਮ ਬਾਹਰ ਜੋ ਇਹ ਵੀਡੀਓ ਨਹੀਂ ਬਣਾ ਸਕਤੇ ਇਸ ਲਈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ